ਐ ਤਾਂ ਕੋ ਜੀ ਡਡਿਆਲਾ ਡੱਬਾ ਜਾਈ ਰਿਹਾ ਉੱਪਰ ਖੱਟਾਂ ਲੱਦੀਆਂ ਵਾਹ ਜੀ ਵਾਹ ਹਾਂ ਜੀ ਨੈਕੋ ਕੀ ਹਾਲ ਹੈ ਹਾਂ ਪਲਾਕਣ ਗੱਡੀ ਹੈ ਵਾਹ ਜੀ ਵਾਹ ਐ ਤਾਂ ਕੋ ਜੀ ਬੜੇ ਬੜੇ ਦਿਸਕੇ ਪਏ ਜੀ ਕਿਆ ਪਕਾਇਆ ਨੇ ਇਹ ਕਿਆ ਜੀ ਇਹ ਦਾਲਚਨ ਇਹ ਕਿਹੜੀ ਆਂਡੀ ਹੈ ਦਾਲ ਲੋਬੀਆ ਬੋਲੀ ਮੋਟਾ ਗੋਸ਼ ਵਾਹ ਜੀ ਕਿਆ ਕਿਆ ਸੌਂ ਪੱਕੇ ਹੋਰ ਆਹ ਦੇ ਲੋ ਦਾਲਚਨ ਹੈ ਦਾਲ ਪੋਟੀ ਹੈ ਮੁਰਗਾ ਹੈ ਮੋਟਾ ਗੋਸ਼ ਹੈ ਚਾਵਲ ਹੈ ਕਲੇਜੀ ਹੈ ਅਲੀ ਮੈਂ ਨਮਕੀਨ ਗੋਸ਼ ਤੇ ਕੁਝ ਨਾਦਰੀਨ ਬਿਸਤਰ ਹਾਲ ਦੇਸੀ ਮੋਲ ਹੈ ਆਵਾਮ ਖਾਈਏ ਰੋਟੀ ਵਾਪਸ ਇਧਰ ਮੇਜ਼ ਵਗੈਰਾ ਨਹੀਂ ਕੁਰਸੀਆਂ ਬਾਕੀ ਹੈ ਤਾਂ ਕੁਝ ਨਾਂਗੀ ਡੇਣੀ ਮੇਰਪੁਰੇ ਚ ਕਾਫੀ ਮਾਜਰਾ ਰੋਣਕ ਹੈ ਹਾਈ ਲੋਰ ਹੈ ਕੁਝ ਵਾਲਾ ਲੋਰ ਜਾ ਰਿਹਾ ਲੋਰ ਹੈ ਰੰਗ ਰੰਗ ਨਹੀਂ ਗੱਡੇ ਖਲਤੀਆਂ ਤੇ ਕਿਸੇ ਨੇ ਉਹ ਸ਼ਹਿਰ ਪਰ ਬਸਾਂ ਦਾ ਸਟੈਂਡ ਹੈ ਤੇ ਨਾਲ ਇਧਰ ਆਈਐਸ ਦਾ ਸਟੈਂਡ ਹੈ ਬਾਕੀ ਰੰਗ ਨਹੀਂ ਗੱਡੀ ਕਰਦੀ ਆ ਔਰ ਮੁਤਲੀ ਮੁਤਲੀ ਸ਼ਾਇ ਨਹੀਂ ਗੱਡੀ ਕਰਦੀ ਆ ਹਾਂ ਜੀ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਬਸ ਅਮੀਰ ਕਥਾ ਕੇ ਸਾਰੇ ਭੈਣ ਭਰਾ ਠੀਕ ਠਾਕ ਕੇ ਸੋ ਅੱਲਾਹ ਤਾਲਾ ਨੇ ਇਹੀ ਸੋ ਇਮਾਨ ਦੇ ਦੋਸਤ ਬੰਦ ਕੇ ਆਪਣਾ ਫੈਮਿਲੀ YouTube ਤੇ ਦੇਸੀ ਫੁਰਮ ਸਪਾ ਇੱਕ ਨਵੀਂ ਵੀਡੀਓ ਕਰੀ ਚਾਹੀਦੀ ਪੇਸ਼ ਆ ਇਸ ਟਾਈਮ ਅਸਾਂ ਮੌਜੂਦਾ ਨਹੀਂ ਨਾਂਗੀ ਅੱਡੇ ਪਰ ਬੈਕ ਸਫਾ ਤੱਕ ਸਨਾ ਕੇ ਨਾਂਗੀ ਅੱਡਾ ਵੈ ਮੇਰੇ ਪਰ ਕੋਈ ਕੰਮ ਸੀ ਤਾਂ ਮੈਂ ਚਲੋ ਕੰਮ ਹੀ ਤਰ੍ਹਾਂ ਦਾ ਨਾਲ ਤਨ ਇੱਕ ਚਮਨ ਹੋਟਲ ਹੈ ਕਾਫੀ ਮਸ਼ਹੂਰ ਹੈ ਔਰ ਆਪਣੇ ਭੈਣ ਭਰਾ ਵਿੱਚ ਸੁਣਨਾ ਕਿ ਜਿਹੜੇ ਅਕਸਰ ਜਿਹੜੇ ਡਰਾਈਵਰ ਹਜ਼ਰਤ ਨੂੰ ਉਹ ਇੱਥੇ ਜ਼ਰੂਰ ਵਿਜ਼ਿਟ ਕਰਨ ਤਾਂ ਇੱਥੇ ਦਾ ਜਿਹੜਾ ਖਾਣਾ ਉਹ ਟਰਾਈ ਕਰਸਾਂ ਕਾਫੀ ਮਸ਼ਹੂਰ ਖਾਣੇ ਨੇ ਔਰ ਕਾਫੀ ਜਿਹੜੇ ਖਾਣੇ ਮਿਆਰ ਉਹ ਕਾਫੀ ਅੱਛੇ ਨਹੀਂ ਆ ਵੀਡੀਓ ਪਸੰਦ ਆਇਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਨਿਓ ਕਾਇਨ ਸਬਸਕ੍ਰਾਈਬ ਕਰਸੋ ਸਾਥ ਬੈਲ ਕਮੈਂਟ ਨੂੰ ਦਬਾਸੋ ਤਾਂ ਕਿ ਨਵੀਂ ਵੀਡੀਓ ਲੱਭੇ ਰਵੇ ਬਾਕੀ ਜਿਹੜੇ ਹੋਟਲ ਅੰਦਰ ਕੱਪ ਚ ਪਲਾਣੇ ਆ ਇਹਦੇ ਨਾਲ ਉਹਨਰ ਬਾਕੀ ਹੈ ਤਾਂ ਕੋ ਜੀ ਨਾਂਗੀ ਡੇਣੀ ਮੇਰਪੁਰੇ ਚ ਕਾਫੀ ਮਾਜਰਾ ਰੋਣਕ ਹੈ ਹਾਈ ਲੋਰ ਹੈ ਕੁਝ ਵਾਲਾ ਲੋਰ ਜਾ ਰਿਹਾ ਲੋਰ ਹੈ ਲੋਰ ਹੈ ਰੰਗ ਰੰਗ ਨਹੀਂ ਗੱਡੀਆਂ ਖਲਤੀਆਂ ਤਾਂ ਕਿਸੇ ਨੇ ਉਹ ਸ਼ਹਿਰ ਪਰ ਬਸਾਂ ਦਾ ਸਟੈਂਡ ਹੈ ਤੇ ਨਾਲ ਇਧਰ ਆਈਐਸ ਦਾ ਸਟੈਂਡ ਹੈ ਬਾਕੀ ਰੰਗ ਨਹੀਂ ਗੱਡੀ ਕਰਦੀ ਆ ਬਾਕੀ ਇਹ ਲੋਰ ਨੇ ਕੋਸ਼ਿਸ਼ ਕਰਦੇ ਆ ਆਹ ਤਾਂ ਕੋਈ ਨਾਦਰੀ ਚੰਮਲ ਹੋਟਲ ਐਂਡ ਰੈਸਟੋਰੈਂਟ ਮਾਸ਼ਾਅੱਲਾ ਕਾਫੀ ਅੱਛਾ ਖਾਣਾ ਨਾ ਬਾਕੀ ਰੋਟੀਆਂ ਲੱਗੀ ਰਹੀਆਂ ਮੈਂ ਤਾਂ ਕੋ ਜੀ ਬੜੇ ਬੜੇ ਦਿਸਕੇ ਪਏ ਜੀ ਕਿਆ ਪਕਾਇਆ ਨੇ ਇਹ ਕਿਆ ਜੀ ਇਹ ਦਾਲਚਨ ਇਹ ਕਿਹੜੀ ਆਂਡੀ ਹੈ ਦਾਲ ਲੋਬੀਆ ਬੋਲੀ ਮੋਟਾ ਗੋਸ਼ ਵਾਹ ਜੀ ਕਿਆ ਕਿਆ ਸੌਂ ਪੱਕੇ ਹੋਰ ਦਾਲਚਨ ਹੈ ਦਾਲ ਪੋਟੀ ਹੈ ਮੁਰਗਾ ਹੈ ਮੋਟਾ ਗੋਸ਼ ਹੈ ਚਾਵਲ ਹੈ ਕਲੇਜੀ ਹੈ ਅਲੀ ਮੈਂ ਨਮਕੀਨ ਗੋਸ਼ਤ ਹੈ ਵਾਹ ਜੀ ਵਾਹ ਬਹੁਤ ਪਾਣੀ ਹੈ ਜੀ ਕਿਆ ਨਾ ਸੁਣੋ ਬੜਾ ਨਾ ਹੋਰ ਜੀ ਕਿਹੜੀ ਜਗ੍ਹਾ ਨੇ ਦਾਦਾ ਟੇ ਬਲੋਸ ਠੀਕ ਹੋ ਗਿਆ ਕੰਮ ਠੀਕ ਚੱਲੀ ਰਿਹਾ ਜੀ ਅੱਲਾਹ ਦਾ ਸ਼ੁਕਰ ਜੀ ਵਾਹ ਠੀਕ ਹੋ ਗਿਆ ਮਿਹਰਬਾਨੀ ਪ੍ਰਮਾਨਾ ਮੈਂ ਤਾਂ ਕੁਝ ਇੱਧਰ ਰੋਟੀਆਂ ਲੱਗ ਰਹੀਆਂ ਗਰਮ ਗਰਮ ਵਾਹ ਜੀ ਵਾਹ ਹਾਂ ਜੀ ਲਾਲਾ ਕੀ ਹਾਲ ਹੈ ਸਿਰ ਕੈਸੀ ਹੈ ਹੈ ਕਿਆ ਨਾ ਸੁਣੋ ਸਿਰ ਨਾ ਵਾਹ ਜੀ ਵਾਹ ਕਿੱਥੇ ਜਗਣੇ ਹੋ ਅਸਲਮ ਜੀ ਇਹ ਲੰਦ ਲੰਦ ਨਹੀਂ ਵਾਹ ਜੀ ਵਾਹ ਰੋਟੀਆਂ ਲੱਗੀਆਂ ਠੀਕ ਹੋ ਗਿਆ ਬਾਕੀ ਤਾਂ ਕਿਸੇ ਨੇ ਕਿ ਦਸਤਰ ਖਾਨ ਮਾਸ਼ਰਾ ਕਾਫੀ ਬਿਜ਼ੀ ਨੇ ਇਧਰ ਆਣੀਆਂ ਪੱਕੀਆਂ ਨਾਲ ਹੀ ਬੁਨ ਨਾਂਗੀ ਅੱਡਾ ਵੈ ਹੋਰ ਚੱਲੀ ਰਿਹਾ ਨਾਦਰੀਨ ਬਿਸਤਰ ਹਾਲ ਦੇਸੀ ਮੋਲ ਹੈ ਆਵਾਮ ਖਾਈਏ ਰੋਟੀ ਵਾਪਸ ਇਧਰ ਮੇਜ਼ ਵਗੈਰਾ ਨਹੀਂ ਕੁਰਸੀਆਂ ਕਿਆ ਕਿਆ ਸੌਂਗਲ ਚਣਾ ਦਾਲ ਹੈ ਪੋੜੀ ਦਾਲ ਹੈ ਕੀਮਾ ਮੁਰਗਾ ਚਾਵਲ ਸਬਜ਼ੀ ਗੋਸ਼ ਕਲੇਜੀ ਅਲੀ ਚਨੇ ਤੇ ਜਦੋਂ ਤਾਂ ਆਵਾਮ ਕਿਹੜਾ ਕੋਈ ਖਾਣਾ ਪਸੰਦ ਕਰਨੀ ਹੈ ਕਿਹੜੀ ਫੇਮਸ ਡਿਸ਼ ਹੈ ਤਣੀ ਸਪੈਸ਼ਲ ਸਪੈਸ਼ਲ ਡਿਸ਼ ਕਿਹੜੀ ਫੇਮਸ ਮਸ਼ਹੂਰ ਹੈ ਕੋਟੀ ਫਰਾਈ ਹੈ ਕੋਟੀ ਫਰਾਈ ਜੀ ਕੋਟੀ ਫਰਾਈ ਨਮਕੀਨ ਗੋਸ਼ ਨਮਕੀਨ ਗੋਸ਼ ਠੀਕ ਹੋ ਗਿਆ ਜੀ हाँ जी नादरीन तक सुना सारा जो चिकन सी वो आई गया नाल गरम गरम रोटियां तो नाल सलाद कोक नहीं बोतल अलहमदुल्ला सारा ऑर्डर जरा आई गया जैसे पता कि गर्मियां शुरू हो गई नाल सा कोक नहीं बोतल मंगाई है आज मैं सोचा कि चमन होटल ने जो ना खाना खाई ना लास्ट टाइम दसना कि क्या कोई टेस्ट है बाकी तुम जरूर विजिट करें टेस्ट कनेक्शन बारे क्या टेस्ट यार चिकन है जी मजे ना लगी ना बोटी चेक करो चिकन ऑमलेट जो है ना चिकन च मामूली जरा चिकन कीमा हो गया ना जरा रोटी हो गया वो सही हो गया क्यों बढ़िया स्टाइल है जी बढ़िया खाना मजा ना काफी अच्छा टेस्ट है
बाकी ना एक चमन होटल ही क्या था नाल एक बोनी साइड पर होटल है जिसे अक्सर चाह चाह बनने सुबह नाश्ता से बनाने बाकी जरा खान पीना इतना सुन के लभी जाए तको जी डडियाला डब्बा जा रहा अपर खटा लदियाँ वाह जी वाह हाँ जी नैको क्या हाल है हाँ पलाकन गड्डी है वाह जी वाह ऐ तो जी रेहड़ी पर सी समोसे नाल ही अंडे उबाले हुए आप लेग पीस कबाब पकौड़े वाह जी वाह भाई जरा नांगी ने अंदर ला रही अंडे ने अंदर लाई हुई रेहड़ी माशाल्लाह काफ़ी सेटअप है और काफ़ी सफाई ना शहर है बाकी है गनेरी चलिया गोल गप्पे बाकी बसा घस गई मौसम बहुत ही प्यारा मीठी मीठी धूप है ठंडी ठंडी हवा चल रही है वाह जी वाह ऐ तो जी आई इतना कोई आई रही है तो कोई जा रही है ऐ तो जी चाची गनेरिया लाइए नाल ही शॉपर पैक करता है हाँ जी नादरी ने इस टाइम अस नांगी लारी अड्डे च बैठे हुए हैं वापस शहर जा रहे हैं अपने डडियाल साहे नाल चाचा मजूद चाचा जी क्या हाल है सेहत कैसी है ठीक है बस बस उधर आए सो मेरे पर बस इधर अपना तारफ ग्राउंड की जगाने हो असा कोटा शेर अच्छा कोटा शेर ने क्या को ठीक हो गया जी ते और सेहत ठीक है हुन ठीक हो गया जी बाकी जुने चाचे नाल असा सफर करसा तो खाना शाना खाधा माशाल्लाह काफ़ी अच्छा खाना सी तो हम इतना जरूर विजिट करो नाल ही सारे मेरे पर ने मुंशी साहब खलते हुए तो वीडियो कर सी सारे दसो जाए तो अपनी दुआ यार रखे तो अपना भी रखे एक नई वीडियो मिसा अल्लाह हाफिज़।